ਸੋ ਅਸੀਂ ਕਾਫੀ ਵੀਡੀਓਜ਼ ਯੂਐਸਏ ਨੂੰ ਲੈ ਕੇ ਵੀ ਬਣਾਈਆਂ ਸੀ, ਉਸ ਤੋਂ ਬਾਅਦ ਲਗਾਤਾਰ ਸਟੂਡੈਂਟਸ ਦੇ ਸਵਾਲ ਵੀ ਆ ਰਹੇ ਨੇ ਕਿਉਂਕਿ ਇੱਕ ਚੰਗੀ ਆਪਸ਼ਨ ਹੈ ਯੂਐਸਏ ਅੱਜ ਦੇ ਸਮੇਂ ਦੇ ਵਿੱਚ। ਸੋ ਸਵਾਲ I-20 ਨੂੰ ਲੈ ਕੇ ਵੀ ਨੇ, ਸਵਾਲ ਅਪਾਇੰਟਮੈਂਟਸ ਨੂੰ ਲੈ ਕੇ ਵੀ ਹੈ ਔਰ ਸਵਾਲ ਇੰਟਰਵਿਊਜ਼ ਨੂੰ ਲੈ ਕੇ ਵੀ ਹੈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਯੂਐਸਏ ਇੱਕ ਅਜਿਹੀ ਕੰਟਰੀ ਜਿੱਥੇ ਕਿ ਇੰਟਰਵਿਊ ਦੇ ਆਧਾਰ 'ਤੇ ਤੁਹਾਨੂੰ ਵੀਜ਼ਾ ਮਿਲਦਾ ਹੈ। ਸੋ ਕੋਸ਼ਿਸ਼ ਕਰਾਂਗੇ ਜਿੰਨੇ ਵੀ ਸਵਾਲ ਜਿੰਨੇ ਵੀ ਡਾਊਟਸ ਸਾਡੇ ਤੱਕ ਪਹੁੰਚੇ ਨੇ ਤੁਹਾਡੇ, ਉਹਨਾਂ ਦੇ ਜਵਾਬ ਸਹੀ ਢੰਗ ਨਾਲ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਯੂਐਸ ਨੂੰ ਲੈ ਕੇ ਖਾਸ ਟਿਪਸ ਖਾਸ ਪੁਆਇੰਟਸ ਤੁਹਾਡੇ ਨਾਲ ਅੱਜ ਸਾਂਝੇ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ, ਅੱਜ ਆਪਾਂ ਗੱਲ ਜਿਵੇਂ ਮੈਂ ਯੂਐਸਏ ਦੀ ਕਰ ਹੀ ਰਹੀ ਹਾਂ, I-20 ਨੂੰ ਲੈ ਕੇ ਵੀ ਸਵਾਲ ਸਟੂਡੈਂਟਸ ਦੇ ਨੇ, ਕਿਉਂਕਿ ਪ੍ਰੋਸੈਸ ਨੂੰ ਹਰ ਕੋਈ ਬਹੁਤ ਡੀਪਲੀ ਸਮਝਣਾ ਚਾਹੁੰਦਾ। ਹਾਲਾਂਕਿ ਪਹਿਲੀਆਂ ਜਿੰਨੀਆਂ ਵੀ ਵੀਡੀਓ ਸੀ ਤੁਸੀਂ ਬਹੁਤ ਸਹੀ ਢੰਗ ਨਾਲ ਡਿਟੇਲ ਵਿੱਚ ਸਟੂਡੈਂਟ ਨੂੰ ਗਾਈਡ ਕੀਤਾ, ਪਰ ਕਿਤੇ ਨਾ ਕਿਤੇ ਸਵਾਲ ਅੜੇ ਹੋਏ ਨੇ I-20 ਦੇ ਔਰ ਅਪਾਇੰਟਮੈਂਟਸ ਨੂੰ ਲੈ ਕੇ ਵੀ। ਹਰ ਕੋਈ ਕਹਿੰਦਾ ਅਪਾਇੰਟਮੈਂਟਸ ਹੀ ਨਹੀਂ ਮਿਲ ਪਾ ਰਹੀਆਂ ਇੰਟਰਵਿਊ ਦੀ, ਅਸੀਂ ਕਿਵੇਂ ਅਪਲਾਈ ਕਰੀਏ, ਕਿੰਨਾ ਚਿਰ ਅਸੀਂ ਵੇਟ ਕਰੀਏ, ਜਾਂ ਫਿਰ ਇੰਟਰਵਿਊਜ਼ ਨੂੰ ਲੈ ਕੇ ਵੀ ਸਵਾਲ ਹੈ। ਮੈਂ ਜ਼ਰੂਰ ਚਾਹੂੰਗੀ ਓਵਰਆਲ ਜਿਹੜੇ ਸਵਾਲ ਨੇ ਸਟੂਡੈਂਟਸ ਦੇ, ਇਹਨਾਂ ਨੂੰ ਲੈ ਕੇ ਤੁਸੀਂ ਇੱਕ ਸਹੀ ਦਿਸ਼ਾ ਵਿੱਚ ਸਟੂਡੈਂਟ ਨੂੰ ਜ਼ਰੂਰ ਗਾਈਡ ਕਰੋ। ਦੇਖੋ, ਜਿਹੜੇ ਅਪੁਆਇੰਟਮੈਂਟ ਦਾ ਇਹ ਥੋੜ੍ਹਾ ਜਿਹਾ ਸਟਰਗਲ ਤਾਂ ਹੁੰਦਾ ਹੀ ਆ, ਪਰ ਅਚਾਨਕ 5-7 ਦਿਨ ਵਾਸਤੇ ਜਦ ਇਨਟੇਕ ਹੁੰਦਾ, ਉਸ ਤੋਂ ਪਹਿਲਾਂ ਅਪੁਆਇੰਟਮੈਂਟ ਖੁੱਲਦੀਆਂ, ਉਸ ਚੀਜ਼ 'ਤੇ ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ। ਸਟੂਡੈਂਟ ਨੂੰ ਵੀ ਉਹਦਾ ਯੂਜ਼ਰ ਨੇਮ ਪਾਸਵਰਡ ਦਿੰਦੇ ਹਾਂ ਕਿ ਜਿਸ ਤੋਂ ਉਹ ਆਪਣੀ ਅਪੁਆਇੰਟਮੈਂਟ ਦਾ ਰਾਤ ਨੂੰ ਬੈਠ ਕੇ ਕੋਈ 12 ਵਜੇ ਕੋਈ 1 ਵਜੇ ਇੱਦਾਂ ਕਰਕੇ ਅਪੁਆਇੰਟਮੈਂਟਸ ਆਉਂਦੀਆਂ, ਅਤੇ ਸਟੂਡੈਂਟ ਨੂੰ ਵੀ ਥੋੜ੍ਹਾ ਅਲਰਟ ਰਹਿਣਾ ਪੈਂਦਾ। ਅਦਰਵਾਈਜ਼ ਜਦ ਆਉਂਦੀਆਂ ਉਸ ਟਾਈਮ ਅਸੀਂ ਨਾਲ ਦੀ ਨਾਲ ਬੁੱਕ ਕਰ ਦਿੰਦੇ ਹਾਂ। ਹੁਣ ਇੰਟਰਵਿਊ, ਇੰਟਰਵਿਊ ਇੱਕ ਬੜਾ ਸੋਹਣਾ ਕੁਐਸਚਨ ਹੈ, ਤੁਹਾਡੇ I-20 ਟਾਈਮ ਸਿਰ ਆਉਣੀ ਚਾਹੀਦੀ ਹੈ। ਤੁਸੀਂ ਇਹ ਦੇਖੋ, ਕੈਨੇਡਾ ਦੇ ਵਾਸਤੇ ਜਦ ਫੀਸ ਪੇ ਕਰਦੇ ਹਾਂ LOA ਆਉਂਦੀ ਹੈ, ਲੈਟਰ ਆਫ ਐਕਸੈਪਟੈਂਸ, ਔਰ ਆਸਟ੍ਰੇਲੀਆ ਦੇ ਵਿੱਚ COE ਆਉਂਦੀ ਹੈ, ਕਨਫਰਮੇਸ਼ਨ ਆਫ ਐਨਰੋਲਮੈਂਟ। ਇੱਦਾਂ ਹੀ US ਦੇ ਵਿੱਚ I-20 ਆਉਂਦੀ ਹੈ, ਜਦਕਿ ਕੋਈ ਫੀਸ ਨਹੀਂ ਲੈਂਦੇ, ਜਸਟ ਛੋਟੀ ਮੋਟੀ I-20 ਦੀ ਫੀਸ ਹੁੰਦੀ ਹੈ ਜਿਹਨੂੰ ਪ੍ਰੋਸੈਸਿੰਗ ਚਾਰਜਿਸ ਕਹਿ ਸਕਦੇ ਹੋ। ਕਿਸੇ ਯੂਨੀਵਰਸਿਟੀ ਦੀ $40 ਹੈ, ਕਿਸੇ ਦੀ $100 ਹੈ, ਮਤਲਬ ਤੁਸੀਂ ਇਹ ਨਹੀਂ ਆਪਾਂ ਇੱਕ ਵੀਡੀਓ 'ਚ ਕਿ ਅਸੀਂ 1 ਲੱਖ ਰੁਪਏ ਦਾ 1.5 ਲੱਖ ਰੁਪਏ ਦਾ ਨੁਕਸਾਨ ਹੋ ਸਕਦਾ, ਵੀਜ਼ਾ ਨਹੀਂ ਲੱਗਦਾ ਆਸਟ੍ਰੇਲੀਆ ਦਾ ਜਾਂ ਕੋਈ। ਇੱਥੇ ਤੁਹਾਡਾ ਜਿਹੜਾ ਇੱਕ ਸਰਵਿਸ ਫੀਸ ਜ਼ਰੂਰ ਐਕਸਟਰਾ ਜਾ ਰਹੀ ਹੈ, $350, ਬਾਕੀ ਅੰਬੈਸੀ ਫੀਸ ਵੀ ਇਹਨਾਂ ਦੀ ਘੱਟ ਹੈ, ਬਾਕੀ ਅੰਬੈਸੀਆਂ ਤੋਂ ਬਹੁਤ ਘੱਟ ਹੈ। ਅਤੇ ਛੋਟੀ ਜਿਹੀ ਇੱਕ ਫੀਸ ਦੇ ਕੇ ਆਪਾਂ I-20 ਲੈ ਲੈਂਦੇ ਹਾਂ, ਉਹਦੇ ਨਾਲ ਆਪਾਂ ਜਿਹੜੇ ਆ ਵੀਜ਼ਾ ਵਾਸਤੇ ਅਪਲਾਈ ਕਰ ਦਿੰਦੇ ਹਾਂ। ਜਿਹੜੀ ਯੂਨੀਵਰਸਿਟੀ ਦੀ ਫੀਸ ਹੈ ਉਹ ਵੀਜ਼ੇ ਦੇ ਬਾਅਦ ਹੈ। ਹੁਣ ਮਤਲਬ ਇੰਨੇ ਕੁ ਘੱਟ ਜਿਹੜੇ ਰਿਸਕ ਦੇ ਵਿੱਚ ਆਪਾਂ ਜਿਹੜਾ ਅਪਲਾਈ ਕਰਦੇ ਹਾਂ, ਲੇਕਿਨ ਉਹੀ ਸਟੂਡੈਂਟ ਵੀਜ਼ਾ ਵਾਸਤੇ ਅਪਲਾਈ ਕਰੇ US ਵਾਸਤੇ ਜਿਨ੍ਹਾਂ ਦਾ ਕੌਨਫੀਡੈਂਸ ਹੈ, ਆਇਲਸ ਕੀਤੀ ਜਾਂ ਨਹੀਂ ਕੀਤੀ ਬੜਾ ਫਰਕ ਨਹੀਂ ਪੈਂਦਾ। ਆਇਲਸ ਦਾ ਫਰਕ ਪੈਂਦਾ, ਉਹ ਪੈਂਦਾ ਯੂਨੀਵਰਸਿਟੀਆਂ 'ਚ, ਕਿਉਂਕਿ ਹਰ ਯੂਨੀਵਰਸਿਟੀ ਦੀ ਆਪਣੀ ਰਿਕੁਆਇਰਮੈਂਟ ਹੈ ਇੰਗਲਿਸ਼ ਟੈਸਟ ਦੀ। US ਇੱਕ ਇਹੋ ਜਿਹਾ ਕੰਟਰੀ ਹੈ ਜਿੱਥੇ ਡਿਊਲਿੰਗੋ ਵੀ ਐਕਸੈਪਟਿਡ ਹੈ, PT, IELTS, TOEFL, ਮਤਲਬ ਕੋਈ ਮਰਜ਼ੀ ਇੰਗਲਿਸ਼ ਦਾ ਟੈਸਟ ਹੋਏ ਉਹ ਐਕਸੈਪਟ ਕਰਦੇ ਆ। ਜੇ ਤੁਹਾਡਾ ਅੱਛੀ ਯੂਨੀਵਰਸਿਟੀ ਵਿੱਚ ਹੋ ਜਾਂਦਾ ਐਡਮਿਸ਼ਨ ਬਿਕੋਜ਼ ਆਫ ਤੁਹਾਡਾ IELTS ਜਾਂ PT ਟੈਸਟ, ਅਤੇ ਤੁਹਾਡਾ ਕੌਨਫੀਡੈਂਸ ਹੈ, ਤਾਂ ਫਿਰ ਜ਼ਰੂਰ ਤੁਸੀਂ US ਵਾਸਤੇ ਅਪਲਾਈ ਕਰ ਸਕਦੇ ਹੋ, ਕਿਉਂਕਿ US ਦੇ ਵਿੱਚ ਇੰਟਰਵਿਊ ਮੈਂਡੇਟਰੀ ਹੈ, ਉੱਥੇ ਵਿਦਆਊਟ ਇੰਟਰਵਿਊ ਵੀਜ਼ਾ ਨਹੀਂ ਹੈ। ਅਤੇ ਤੁਸੀਂ ਪਹਿਲੇ ਜਦ I-20 ਵਾਸਤੇ ਅਪਲਾਈ ਕਰਦੇ ਹੋ, ਆਪਣੇ ਫਾਈਨੈਂਸ਼ੀਅਲ ਡਾਕੂਮੈਂਟ ਦਿਖਾਉਂਦੇ ਹੋ, ਤੁਹਾਡੀ I-20 ਆਉਂਦੀ ਹੈ, ਉਹਦੇ ਬਾਅਦ ਡੇਟ ਬੁੱਕ ਕਰਨੀ ਹੈ, ਡੇਟ ਬੁੱਕ ਕਰਨ ਦੇ ਬਾਅਦ ਤੁਸੀਂ ਇੰਟਰਵਿਊ ਦੇਣੀ ਹੈ, ਐਂਡ ਸੇਮ ਡੇ ਤੁਹਾਡਾ ਡਿਸੀਜ਼ਨ ਹੋ ਜਾਂਦਾ ਵੀਜ਼ਾ ਮਿਲਣਾ ਜਾਂ ਨਹੀਂ ਮਿਲਣਾ। ਉਹ ਵੀ ਜਿੱਦਾਂ ਬੱਚਿਆਂ ਦੇ ਫੋਨ ਆਉਂਦੇ, 1.5 ਮਹੀਨੇ ਹੋ ਗਏ ਫਾਈਲ ਲੱਗੇ, 2 ਮਹੀਨੇ ਹੋ ਗਏ ਰਿਜ਼ਲਟ ਨਹੀਂ ਆਇਆ, ਉੱਥੇ ਇਹ ਵੀ ਪ੍ਰੋਬਲਮ ਨਹੀਂ ਹੈ, ਮਤਲਬ ਤੁਹਾਡਾ ਟਾਈਮ ਬਹੁਤ ਬਚ ਰਿਹਾ, ਇੱਥੇ ਪੈਸਾ ਵੀ ਵੀਜ਼ੇ ਦੇ ਬਾਅਦ ਆ ਰਿਹਾ, ਟਾਈਮ ਵੀ ਸੇਮ ਡੇ ਤੁਹਾਡਾ ਜਿਹੜਾ ਡਿਸੀਜ਼ਨ ਹੈ, ਅਤੇ ਤੁਹਾਡਾ ਮਤਲਬ ਹਰ ਚੀਜ਼ US ਦੇ ਵਿੱਚ ਜਿਹੜਾ ਟਾਈਮ ਇਫੈਕਟਿਵ ਕੀਤੀ ਹੋਈ ਹੈ, ਮਨੀ ਇਫੈਕਟਿਵ ਕੀਤੀ ਹੋਈ ਹੈ, ਪੈਸਾ ਵੀ ਜਿਹੜਾ ਵੀਜ਼ੇ ਦੇ ਬਾਅਦ ਹੈ ਤੁਹਾਡਾ। ਜੀ 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 ਬਿਲਕੁਲ। ਸੋ ਦੇਖੋ, ਸਟੂਡੈਂਟਸ ਨੇ ਕਈ ਚੀਜ਼ਾਂ ਨਹੀਂ ਪਤਾ ਹੁੰਦੀਆਂ, ਇਸ ਲਈ ਅਸੀਂ ਮੈਮ ਨੂੰ ਹਮੇਸ਼ਾ ਇਨਵਾਈਟ ਕਰਦੇ ਹਾਂ ਤਾਂ ਕਿ ਡਿਟੇਲ ਵਿੱਚ ਸਹੀ ਇਨਫੋਰਮੇਸ਼ਨ ਤੁਹਾਡੇ ਨਾਲ ਅਸੀਂ ਸਾਂਝੀ ਕਰ ਸਕੀਏ। ਸੋ ਮੈਮ, USA ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਅਪਲਾਈ ਕਦੋਂ ਤੱਕ ਸਟੂਡੈਂਟ ਨੂੰ ਕਿਹੜੇ ਇਨਟੇਕ ਲਈ ਹੁਣ ਕਰ ਦੇਣਾ ਚਾਹੀਦਾ, ਔਰ ਕਿਹੜੀ ਗੱਲਾਂ ਦਾ ਧਿਆਨ ਰੱਖ ਕੇ ਹੀ USA ਲਈ ਅਪਲਾਈ ਕਰਨ, ਔਰ ਮੈਕਸਿਮਮ ਅਕਤੂਬਰ ਇਨਟੇਕ ਅਕਤੂਬਰ ਤੱਕ ਹੀ ਕਰ ਲੈਣ, ਜੈਨ ਦੇ ਹੀ ਆਫਰ ਲੈਟਰ ਵਾਸਤੇ, ਉਹਦੇ ਬਾਅਦ ਮੁਸ਼ਕਲ ਹੈ। ਮੇ ਬਹੁਤ ਛੋਟਾ ਇਨਟੇਕ ਹੁੰਦਾ ਕਿਸੇ ਕਿਸੇ ਕਾਲਜ ਯੂਨੀਵਰਸਿਟੀ ਦਾ,
ਫਿਰ ਜਾ ਕੇ ਇਹਨਾਂ ਨੂੰ ਫਾਲ ਇਨਟੇਕ ਮਿਲੇਗਾ। ਵਿੰਟਰ ਜਿਹੜਾ ਹੈ ਆਲਮੋਸਟ ਹੁਣ ਕਲੋਜ਼ ਹੋਣਾ ਸ਼ੁਰੂ ਹੋ ਜਾਂਦਾ, ਕਈਆਂ ਦੀ ਡੈਡਲਾਈਨ ਨਿਕਲ ਗਈਆਂ। ਕਿਉਂਕਿ ਗਵਰਨਮੈਂਟ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਹ ਪ੍ਰਾਈਵੇਟ ਯੂਨੀਵਰਸਿਟੀਆਂ ਨਹੀਂ ਹੈ ਕਿ 2 ਮਹੀਨੇ ਪਹਿਲੇ ਵੀ ਆਫਰ ਲੈਟਰ ਦੇ ਦੇਣਗੇ, ਉਹਨਾਂ ਦੀ ਡੈਡਲਾਈਨ ਹੁੰਦੀ ਆ, ਉਸ ਡੈਡਲਾਈਨ ਦੇ ਹਿਸਾਬ ਨਾਲ ਹੀ ਸਟੂਡੈਂਟ ਨੂੰ ਚੱਲਣਾ ਪੈਂਦਾ। ਅਤੇ ਮੈਕਸੀਮਮ ਕੁਛ ਯੂਨੀਵਰਸਿਟੀਆਂ ਦੀ ਅਕਤੂਬਰ ਦੀ ਬਚੀ ਹੋਈ ਹੈ, ਉਸ ਟਾਈਮ ਤੱਕ ਹੀ ਅਪਲਾਈ ਕਰ ਸਕਦੇ ਆ। ਠੀਕ ਹੈ ਮੈਮ, ਸੋ ਕਿੰਨਾ ਕੁ ਡਿਫਰੈਂਟ ਪ੍ਰੋਸੈਸ ਆਪਾਂ ਦੇਖਦੇ ਹਾਂ USA ਦਾ ਬਾਕੀ ਕੰਟਰੀਜ਼ ਨਾਲੋਂ? US ਦਾ ਜਿਹੜਾ ਪ੍ਰੋਸੈਸ ਹੈ, ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਹਰ ਚੀਜ਼ ਦਾ ਟਾਈਮ ਇਫੈਕਟਿਵ, ਅੱਛਾ ਪੈਸਾ ਦਾ ਮਨੀ ਇਫੈਕਟਿਵ, ਕਿਉਂਕਿ ਤੁਸੀਂ ਯੂਨੀਵਰਸਿਟੀ ਫੀਸ ਵੀਜ਼ੇ ਦੇ ਬਾਅਦ ਇਹਨੇ, ਅੰਬੈਸੀ ਫੀਸ ਵੀ ਸਭ ਤੋਂ ਘੱਟ ਹੈ ਇਹਨਾਂ ਦੀ, ਅਤੇ ਨੈਚੁਰਲ ਹੈ ਹਰ ਚੀਜ਼ 'ਚ ਤੁਹਾਨੂੰ ਜਿਹੜਾ ਤੁਹਾਡਾ ਔਰ ਮਤਲਬ ਸੇਮ ਡੇ ਡਿਸੀਜ਼ਨ ਹੈ ਅਤੇ ਤੁਹਾਡਾ ਟਾਈਮ ਬਹੁਤ ਬਚਾਉਂਦਾ। ਦੂਜਾ ਸਟੈਮ ਕੋਰਸਿਸ ਹੈ, ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਵਾਲਿਆਂ ਨੂੰ ਸਟੈਮ ਕੋਰਸਿਸ ਕਿਹਾ ਜਾਂਦਾ। ਇਹਨਾਂ ਦੇ ਵਿੱਚ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਹੈ ਉਹ 3 ਈਅਰਸ ਦਾ ਫਿਕਸ ਹੀ ਹੈ, ਇੰਨਾ ਮਿਲਣਾ ਹੀ ਮਿਲਣਾ। ਹੁਣ ਬੱਚਾ 3 ਸਾਲ ਬਹੁਤ ਲੰਬਾ ਟਾਈਮ ਹੁੰਦਾ ਕਿਸੇ ਵੀ ਬੱਚੇ ਵਾਸਤੇ ਜੋਬ ਸਰਚ ਕਰਨ ਦਾ। ਜੋ ਉਹ ਜੋਬ ਸਰਚ ਕਰ ਲੈਂਦੇ ਆ ਉਨੇ ਟਾਈਮ 'ਚ ਆਪਣੇ, ਕਿਉਂਕਿ 3 ਸਾਲ 'ਚ ਬਿਨਾਂ ਜੋਬ 'ਤੇ ਰਹਿਣਗੇ ਨਹੀਂ, ਅਤੇ ਅੱਛੀ ਜੋਬ ਆਪਣੀ ਸਰਚ ਕਰਕੇ ਅੱਗੇ ਉੱਥੇ ਜਿਹੜਾ ਹੈ ਗ੍ਰੀਨ ਕਾਰਡ ਦਾ ਹੁੰਦਾ ਸੈਟਲਮੈਂਟ ਆਪਸ਼ਨ, ਉਸ ਦੀ ਤਰਫ ਇਹ ਜਾ ਸਕਦੇ ਆ। ਜੀ ਠੀਕ ਹੈ, ਬਿਲਕੁਲ। ਸੋ ਸਟੂਡੈਂਟ ਜ਼ਰੂਰ ਇਹਨਾਂ ਸਾਰੀ ਗੱਲਾਂ ਦਾ ਧਿਆਨ ਰੱਖਣ। ਕੋਈ ਸਵਾਲ ਹੈ, ਡਾਊਟ ਹੈ ਤਾਂ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਹੈ, ਇਸ ਉੱਪਰ ਤੁਸੀਂ ਕਾਲ ਕਰਕੇ ਵੀ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਮੈਮ ਨੂੰ ਮਿਲਣਾ ਚਾਹੁੰਦੇ ਹੋ ਪਰਸਨਲੀ ਤਾਂ ਜ਼ਰੂਰ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰੋ, ਪਰ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਸਹੀ ਚੀਜ਼ਾਂ ਗਾਈਡ ਕੀਤੀਆਂ ਜਾ ਸਕਣ, ਜਿਸਦਾ ਫਾਇਦਾ ਲੈ ਕੇ ਤੁਸੀਂ ਆਪਣਾ ਸਟੱਡੀ ਵੀਜ਼ਾ ਹਾਸਿਲ ਕਰ ਸਕੋ। ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਅੱਜ US ਨੂੰ ਲੈ ਕੇ ਇੱਕ ਵਾਰ ਫਿਰ ਤੋਂ ਬਹੁਤ ਸਵਾਲਾਂ ਦੀ ਕਲੈਰਿਟੀ ਸਟੂਡੈਂਟਸ ਨੂੰ ਦਿੱਤੀ ਹੈ, ਅਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।